بسم اللہ الرحمن الرحیم تمام دوست میرے بھائی میرے چانے والے سب دوستاںوں میری طرفوں السلام علیکم امید ہے کہ سب دوست خیریت میں ہوں گے تو بھائی میرے 1500 باؤنڈ چاں اپنا ڈراپ لے کرنا ہے تھائی لینڈ لاٹری دی اج ویڈیو لان لگا کل دی ویڈیو جڑی ہے وہ پاکستانی باؤنڈ واسطے بڑا پیارا سیٹ شیئر کراں گا اپنے دوستاں نال اور اپنی کوشش پوری پوری محنت پوری سرچ اپنے دوستاں دے سامنے رکھی دی ہے میرے دوستاںوں سب پتہ ہے گئے کہ اج تھائی لینڈ لاٹری واسطے 1500 باؤنڈ واسطے ਅੱਜ ਦੇ ਵੀਡੀਓ ਮੈਂ ਲਾ ਰਿਹਾ ਜਿਹੜੀ ਕਿ 16 ਤਰੀਕ 8ਵਾਂ ਮਹੀਨਾ ਸੰ 2023 ਨੂੰ ਇੱਥੇ ਪਲੇ ਹੋਣੀ ਹੈ 260453 ਦੇ ਅੱਗੇ ਪੜਾ ਕਰਨਾ ਹੈ ਅੱਜ ਮੈਂ ਆਪਣੇ ਦੋਸਤਾਂ ਨਾਲ ਬੜਾ ਪਿਆਰਾ ਸੈੱਟ ਬਹੁਤ ਹੀ ਜ਼ਬਰਦਸਤ ਸੈੱਟ ਸ਼ੇਅਰ ਕਰਨਾ ਹੈ ਤੇ ਪਿਛਲਾ ਰਿਜ਼ਲਟ ਮੇਰੇ ਸਾਹ ਭਾਈਆਂ ਦੇ ਸਾਹਮਣੇ ਗਿਆ ਕਿ ਇਹ ਸਿੰਗਲ ক্লোਜ਼ ਦੀ ਮੈਂ ਓਪਨ ਤੇ ਕਾਂਟਾ ਲਾ ਕੇ ਸਿੰਗਲ ক্লোਜ਼ ਦੀ ਵੀਡੀਓ ਵੀ ਆਪਣੇ ਦੋਸਤਾਂ ਨਾਲ ਸ਼ੇਅਰ ਕੀਤੀ ਸੀ ਸੈਂਟਰ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ ਔਰ ਇਹ ਬੈਕ ਆਕੜਾ ਵੀ ਸ਼ੇਅਰ ਕੀਤਾ ਸੀ ਇਹ ਪੈਕੇਟ ਪੂਰੀ ਪਲਟੀ ਹੈ ਭਾਈ ਮੇਰੇ ਇਹ ਸੈਕਿੰਡ ਦੇ ਵਿੱਚ ਲੱਗੀ ਏ 12 8 ਦੀ ਪੈਕੇਟ 21 8 ਦੀ ਪੈਕੇਟ ਹੈਗੀ ਸੀ ਜਿਹੜੀ ਕਿ ਹਾਰ ਸੀ ਮਿਲ ਨਹੀਂ ਰਹੀ ਸੀ ਇਹ 26 ਦਾ ਆਕੜਾ ਲੱਗਿਆ ਦੋ ਦੋ ਉੱਪਰ ਰੱਖਤੇ ਇਹ 26 ਦਾ ਆਕੜਾ ਬਣਿਆ ਹੈ ਫਰਸਟ ਵਿੱਚ ਸੈਕਿੰਡ ਦੇ ਵਿੱਚ ਬਈ ਮੇਰੇ ਇਹ ਪੈਕੇਟ ਮੈਂ ਰੱਖੀ ਸੀ ਇਹ 25 0 ਲੱਗੀ ਇੱਕ ਓਪਨ ਟੁੱਟਿਆ ਹੈ ਇਹ ਆਕੜਾ ਪਲਟਿਆ ਹੈ ਇਹ ਬੈਕ ਆਕੜਾ ਸੀ ਬਈ ਮੇਰੇ ਇਹ 05 ਹੋਇਆ ਹੈ 55 ਦਾ ਬੈਕ ਆਕੜਾ ਸੀ 05 ਹੋਇਆ ਹੈ ਤੇ ਭਾਈ ਮੇਰੇ ਸਭ ਤੋਂ ਪਹਿਲੀ ਗੱਲ ਤੇ ਕਿ ਗਾਇਬ ਦੇ ਲਮਨ ਅੱਲਾ ਦੀ ਜ਼ਾਤ ਕੋਲੇ ਆਪਾਂ ਸਿਰਫ ਕੋਸ਼ਿਸ਼ ਸਰਚ ਮਿਹਨਤ ਕਰ ਸਕਨੇ ਆ ਜਿਹੜੀ ਕਿ ਕਰੀ ਦੀਏ ਆਪਣੇ ਦੋਸਤਾਂ ਦੇ ਸਾਹਮਣੇ ਰੱਖੀ ਦੀਏ ਜੋ ਚੀਜ਼ ਵੀ ਮੇਰੀ ਸਮਝ ਸਮਝ ਵਿੱਚ ਆਂਦੀ ਏ ਉਹ ਮੈਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਦਾ ਹਾਂ ਇਨਸ਼ਾ ਅੱਲਾ ਅੱਲਾ ਨੇ ਚਾਇਆ ਤੇ ਬੜੀ ਅੱਛੀ ਵਿਨਿੰਗ ਹੋਵੇਗੀ ਪਾਕਿਸਤਾਨੀ ਬੌਂਡ ਤੇ ਵੀ ਥਾਈਲੈਂਡ ਲਾਟਰੀ ਤੇ ਵੀ ਅੱਜ ਦੀ ਵੀਡੀਓ ਮੈਂ ਥਾਈਲੈਂਡ ਲਾਟਰੀ ਵਾਸਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਲੱਗਿਆ ਬੜਾ ਪਿਆਰਾ ਸੈੱਟ ਬਹੁਤ ਹੀ ਜ਼ਬਰਦਸਤ ਸੈੱਟ ਕੋਸ਼ਿਸ਼ ਕੀਤਾ ਕਰੋ ਭਾਈ ਮੇਰੇ ਰੂਟੀਨ ਅੱਛੀ ਲੱਗੇ ਨਾ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫਾਲੋ ਕਰਨਾ ਹੈ ਤਾਂ ਕਿ ਸਾਡੀ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦ ਤੋਂ ਜਲਦ ਪਹੁੰਚੇ ਅੱਜ ਦੀ ਵੀਡੀਓ ਭਾਈ ਮੇਰੇ 16 ਤਰੀਕ ਵਾਸਤੇ 8ਵਾਂ ਮਹੀਨਾ ਸੰ 2023 థਾਈਲੈਂਡ ਲਾਟਰੀ 1500 ਬੌਂਡ ਵਿੱਚ ਆਪਾਂ ਡਰਾ ਕਰਨਾ ਹੈ థਾਈਲੈਂਡ ਲਾਟਰੀ ਵਾਸਤੇ ਬੌਂਡ ਦੀ ਰੂਟੀਨ ਹੈ ਬੌਂਡ ਦੀ ਰੂਟੀਨ ਮੈਂ ਕੱਲ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਸਿੰਗਲ ਓਪਨ ਸਿੰਗਲ ਕਲੋਜ਼ ਅੱਜ ਦੀ ਵੀਡੀਓ ਵਿੱਚ ਤੀਸਰੇ ਹੱਥੇ ਸੈੱਟ ਲੱਗਿਆ ਖਲਾ ਔਰ ਇੱਕੋ ਹੀ ਆ ਕੋਸ਼ਿਸ਼ ਕੀਤਾ ਕਰੋ ਭਾਈ ਵੀਡੀਓ ਪੂਰੀ ਵੇਖਿਆ ਕਰੋ ਇਹ ਭਾਈ ਮੇਰੇ ਨਾਲ ਸਾਡੇ 700 ਬੌਂਡ ਦੇ ਵਿੱਚ ਨਾ 81 ਦਾ ਅਕੜਾ ਪਹਿਲੀ ਦਫਾ ਲੱਗਿਆ ਹੈ ਦੁਬਾਰਾ ਕਿ 81 ਦਾ ਅਕੜਾ ਇਹ ਦੂਸਰੀ ਦਫਾ ਲੱਗਿਆ ਹੈ ਤੀਸਰੀ ਦਫਾ 81 ਦਾ ਅਕੜਾ ਲੱਗ ਚੁੱਕਿਆ ਹੈ ਇਹ ਬੌਂਡ ਦੀ ਰੁਟੀਨ ਹੈ ਇਸ ਬੌਂਡ ਦੇ ਵਿੱਚ ਨਾ ਜਿੰਨੀ ਵਾਰੀ ਵੀ 81 ਦਾ ਅਕੜਾ ਲੱਗਿਆ ਮੈਂ ਆਪਣੇ ਦੋਸਤਾਂ ਨੂੰ ਦੱਸਦਾ ਸਿਰਫ ਤਿੰਨ ਦਫਾ ਲੱਗਿਆ ਇਹ ਲੱਗਿਆ ਇਹ ਲੱਗਿਆ ਤੇ ਅੱਜ ਇਹ ਲੱਗਿਆ ਖੜਾ ਹੈ ਅਪਾ ਇਹਦੇ ਕ੍ਰਾਸ ਵਿੱਚ ਡਰਾਪ ਲੈ ਕਰਨਾ ਹੈ ਉਹ ਮੈਂ ਆਪਣੇ ਦੋਸਤਾਂ ਨੂੰ ਸਮਝਾਣਾ ਕਿ ਕ੍ਰਾਸ ਵਿੱਚ ਕਿਸ ਤਰ੍ਹਾਂ ਡਰਾ ਕਰਨਾ ਹੈ 81 ਲੱਗੀ ਇਹਦੇ ਕ੍ਰਾਸ ਦੇ ਵਿੱਚ ਸਾਦਾ ਓਪਨ ਸੀ ਇਹਦੇ ਕ੍ਰਾਸ ਵਿੱਚ 1500 ਪਾਉਂਡ ਚ ਅਪਨ ਡਰਾ ਕਰਨਾ ਸੀ ਤਵੱਜੂ ਕਰਨੀ ਮੇਰੇ ਦੋਸਤਾਂ ਨੇ ਕਿ 1500 ਪਾਉਂਡ ਦੇ ਵਿੱਚ ਅਪਨ ਡਰਾ ਕਰਨਾ ਸੀ 81 ਲੱਗੀ ਇਹਦੇ ਕ੍ਰਾਸ ਦੇ ਵਿੱਚ ਸਾਦਾ ਓਪਨ ਸਾਦਾ ਕਰ ਸਿੰਗਲ 2 ਦਾ ਓਪਨ ਲੱਗਣਾ ਸੀ 1500 ਪਾਉਂਡ ਇਹ ਆਖਰੀ ਪੱਟੀ ਬਣਦਾ ਸੀ ਭਈ ਮੇਰੇ ਇਹ ਲੱਗਿਆ ਸੀ ਦੂਸਰੀ ਪੱਟੀ 'ਚ ਇਹਦੇ ਕ੍ਰਾਸ ਵਿੱਚ ਸਾਦਾ ਓਪਨ 7 ਦੇ ਕਰਾਸ ਦੇ ਵਿੱਚ 7 ਦਾ ਘਰ ਓਪਨ ਲੱਗਣਾ ਸੀ ਇਹ 29 ਦਾ ਅਕੜਾ ਪਹਿਲੀ ਦਫਾ ਪਲੇ ਕੀਤਾ ਇਹਨੇ ਦੁਬਾਰਾ ਕਿ ਕਾਸੀ ਇਹ ਲੱਗੀ ਭਾਈ ਮੇਰੇ ਇਹਦੇ ਕਰਾਸ ਦੇ ਵਿੱਚ 5 ਦਾ ਓਪਨ ਸੀ 5 ਦੇ ਕਰਾਸ ਦੇ ਵਿੱਚ 5 ਦਾ ਘਰ ਹੀ ਓਪਨ ਲੱਗਣਾ ਸੀ ਇਹ ਲੱਗਿਆ ਭਾਈ ਮੇਰੇ ਅੱਜ ਭਾਈ ਮੇਰੇ ਇਹ 81 ਲੱਗ ਚੁਕੀ ਹੈ ਇਹਦੇ ਕਰਾਸ ਚ 8 ਦਾ ਓਪਨ ਲੱਗ ਚੁਕਿਆ ਹੈ ਕਹਿੰਦਾ ਕਿ ਅੱਜ 8 ਦਾ ਘਰ 3 ਇੱਥੇ ਸਿੰਗਲ ਓਪਨ ਪਲੇ ਕਰੋ ਸੈਟਨ ਮੇਰੇ ਦੋਸਤਾਂ ਨੇ ਸਮਝਣਾ ਹੈ 81 ਦਾ ਅਕੜਾ ਲੱਗਿਆ 81 ਦੇ ਕਰਾਸ ਦੇ ਵਿੱਚ 7 ਦਾ ਓਪਨ ਲੱਗਿਆ 7 ਦੇ ਕਰਾਸ ਦੇ ਵਿੱਚ ਸਿੰਗਲ 2 2 ਓਪਨ ਲੱਗਣਾ ਸੀ 7 ਦਾ ਕਰ 2 2 ਓਪਨ ਇਹ ਪਲੇ ਹੋ ਗਿਆ ਭਾਈ ਮੇਰੇ ਪਹਿਲੀ ਦਫਾ ਫਿਰ ਆਤਾ 81 ਲੱਗੀ 81 ਦੇ ਕਰਾਸ ਦੇ ਵਿੱਚ 5 ਦਾ ਓਪਨ 5 ਦਾ ਕਰ 0 ਸਿੰਗਲ ਓਪਨ ਲੱਗਣਾ ਸੀ ਇੱਥੇ ਇਹ ਪਲੇ ਹੋ ਗਿਆ ਭਾਈ ਮੇਰੇ 1 0 ਓਪਨ ਅੱਜ ਕਹਿੰਦਾ ਹੈ ਕਿ 81 ਲੱਗ ਚੁੱਕੀ ਹੈ ਇਹਦੇ ਕਰਾਸ ਦੇ ਵਿੱਚ 8 ਦਾ ਓਪਨ ਵੀ ਲੱਗ ਚੁੱਕਾ ਹੈ 8 ਦੇ ਕਰਾਸ ਵਿੱਚ ਆਪਾਂ ਡਰਾ ਕਰਨਾ ਹੈ ਕਹਿੰਦਾ 8 ਦਾ ਕਰ 3 ਸਿੰਗਲ ਇੱਥੇ ਓਪਨ ਪਲੇ ਕਰੋ ਅੱਜ ਦਾ ਸੈੱਟ ਮੇਰੇ ਦੋਸਤਾਂ ਯਾਦ ਰੱਖਣਾ ਆਖਰੀ ਦਿਨ ਤੱਕ ਸਿੰਗਲ ਓਪਨ 8 ਦਾ ਕਰ 3 ਬੰਦ ਹੈ ਸਿੰਗਲ ਓਪਨ 10 ਦਾ ਔਰ ক্লোਜ਼ ਕਿਸ ਤਰ੍ਹਾਂ ਲੱਗ ਰਿਹਾ ਸਿੰਗਲ ਹੀ ক্লোਜ਼ ਹੈ ਇਹ ਦੇਖੋ ਭਾਈ ਮੇਰੇ ਇਹ ਕਾਸੀ ਲੱਗੀ ਇਹਦੇ ਕਰਾਸ ਤੇ ਸਾਦਾ ਓਪਨ ਲੱਗਾ ਸਾਦਾ ਕਰਗੇ ਓਪਨ ਲੱਗਣਾ ਸੀ ਇਹ ਜਿਹੜਾ ਓਪਨ 29 ਦਾ ਅਕੜਾ ਲੱਗਿਆ 29 ਦਾ ਅਕੜਾ ਕਿਵੇਂ ਲੱਗਿਆ ਇਹ 7 ਦਾ ਕਰ ਇੱਥੇ ਦੋ ਓਪਨ ਲੱਗਣਾ ਸੀ ਇਹਦੇ ਉਤਲਾ ਬੈਕ ਅਕੜਾ ਪਾ ਲੈਣਾ ਐ 54 ਸੀ 54 ਨੂੰ ਜਮਾ ਕੀਤਾ ਜਮਾ 9 ਬਣਦੀ ਸੀ ਐ ਸੱਤ ਦੇ ਕਰ ਦੇ ਦੇ ਨਾਲ 9 ਦਾ ক্লোਜ਼ ਲੱਗਣਾ ਸੀ ਐ ਸਾਦਾ ਕਰ 2 ਸੀ 2 ਦੇ ਨਾਲ 9 ਦਾ ক্লোਜ਼ ਲੱਗਣਾ ਸੀ ਉੱਥੇ ਜਮਾ 9 ਸੀ ਐ 9 ਦਾ ਇੱਥੇ ক্লোਜ਼ ਥੱਲੇ ਲੱਗਣਾ ਸੀ ਇਹ 29 ਦਾ ਅਕੜਾ ਲੱਗ ਜਾਂਦਾ ਪਹਿਲੀ ਦਫਾ ਭਈ ਫਿਰ ਆ ਗਿਆ 81 ਲੱਗੀ ਇਹ ਇਹਦੇ ਕਰਾਸ ਦੇ ਵਿੱਚ ਪੰਜ ਸੀ ਪੰਜ ਦਾ ਕਰ 0 ਇੱਥੇ ਓਪਨ ਲੱਗਣਾ ਸੀ ਉੱਥੇ ਅਕੜੇ ਦੀ ਜਮਾ 5 ਪਈ ਸੀ ਸਿੰਗਲ 5 ਦਾ ক্লোਜ਼ ਲੱਗਣਾ ਸੀ 05 ਦਾ ਅਕੜਾ ਪਲੇ ਹੋ ਗਿਆ ਦੂਸਰੀ ਦਫਾ ਭਈ ਅੱਜ ਤੀਸਰਾ ਤੇ ਸੈੱਟ ਪਿਆ ਕਹਿੰਦਾ ਕਿ ਇਹ 81 ਦਾ ਅਕੜਾ ਲੱਗ ਚੁੱਕਾ ਹੈ ਅੱਗੇ ਕਰਾਸ ਦੇ ਵਿੱਚ 8 ਦਾ ਓਪਨ ਲੱਗ ਚੁੱਕਾ ਹੈ 8 ਦਾ ਘਰ ਇੱਥੇ 3 ਦਾ ਸਿੰਗਲ ਓਪਨ ਲਾਓ ਉੱਥੇ ਅਕੜੇ ਦੀ ਜਮਾ 2 ਪਈ ਹੈ ਕਹਿੰਦਾ ਸਿੰਗਲ 2 ਦਾ ਇੱਥੇ ਕਲੋਜ਼ ਲਾਓ ਇਹ ਤੀਸਰੇ ਹੱਥ ਦਾ ਸੈੱਟ ਹੈ 2 ਦਾ ਕਲੋਜ਼ ਹੈ 3 ਦਾ ਓਪਨ ਹੈ ਸਿੰਗਲ ਅਕੜਾ ਹੈ ਭਾਈ ਮੇਰੇ ਜਿਹੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਹੈ ਸੈਕਿੰਡ ਫਰਸਟ ਵਿੱਚ ਇਹਨੂੰ ਖੇਲਣਾ ਹੈ ਚਾਂਸ ਇਹਦੇ ਬੜੇ ਅੱਛੇ ਜੇ ਬੜੇ ਅੱਛੇ ਚਾਂਸ ਹੈਗੇ ਜੇ ਇਹਦੇ ਹੋਰ ਵੀ ਐਂਗਲ ਹੈਗੇ ਨੇ 32 ਦੇ ਆਕੜੇ ਤੇ ਉਹ ਵੀ ਮੈਂ ਆਪਣੇ ਦੋਸਤਾਂ ਨਾਲ ਹੌਲੀ ਹੌਲੀ ਆਸ-ਆਸਤਾ ਅਗਲੀਆਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਇਸ ਤੋਂ ਅਗਲੀ ਵੀਡੀਓ ਮੈਂ ਆਪਣੇ ਦੋਸਤਾਂ ਨਾਲ ਪਾਕਿਸਤਾਨੀ ਬੌਂਡ ਵਾਸਤੇ ਬੜਾ ਪਿਆਰਾ ਸੈੱਟ ਸ਼ੇਅਰ ਕਰਾਂਗਾ 81 ਦਾ ਆਕੜਾ ਲੱਗਿਆ ਭਾਈ ਇਹਦੇ ਕਰਾਸ ਦੇ ਵਿੱਚ 7 ਦਾ ਓਪਨ 7 ਦਾ ਘਾਰ ਹੀ ਥੱਲੇ ਕਰਾਸ ਚ ਓਪਨ ਲੱਗਣਾ ਸੀ ਇਹਦੇ ਉੱਤੇ ਆਕੜੇ ਦੀ ਜਮਾ 9 ਸੀ ਇਹ 7 ਦਾ ਘਰ 2 ਓਪਨ ਲੱਗਣਾ ਸੀ 9 ਜਮਾ ਸੀ ਉਤਲੇ ਆਕੜੇ ਦੀ ਬੈਕ ਆਕੜੇ ਦੀ ਐ 71 ਕੱਟ ਕੇ ਬੈਕ ਅਕੜਾ 54 ਦਾ ਸੀ ਇਹ 54 ਨੂੰ ਜਮਾ ਕੀਤਾ ਜਮਾ 9 ਸੀ ਇਹ ਦੋ ਦੇ ਓਪਨ ਨਾਲ 9 ਦਾ ক্লোਜ਼ ਲੱਗਣਾ ਸੀ ਆ 29 ਦਾ ਅਕੜਾ ਪਹਿਲੀ ਦਫਾ ਲੱਗ ਜਾਂਦਾ ਭਾਈ ਫਿਰ ਆ ਕੇ 81 ਲੱਗੀ ਇਹਦੇ ਕਰਾਸ ਦੇ ਵਿੱਚ 5 ਦਾ ਓਪਨ ਲੱਗਿਆ 5 ਦਾ ਕਰ 0 ਓਪਨ ਲੱਗਣਾ ਸੀ ਉੱਤੇ ਜਮਾ 5 ਸੀ 5 ਦਾ ক্লোਜ਼ ਲੱਗਣਾ ਸੀ 0 ਦੇ ਓਪਨ ਨਾਲ ਐ 05 ਦਾ ਅਕੜਾ ਲੱਗ ਜਾਂਦਾ ਹੈ ਅੱਜ ਫੇਰ ਭਾਈ ਮੇਰੇ 81 ਲੱਗ ਚੁਕੀ ਏ ਇਹ ਕਹਿੰਦਾ ਇਹਦੇ ਕ੍ਰਾਸ ਚੱਟ ਤਾਂ ਓਪਨ ਏ 8 ਦਾ ਕਰ 3 ਇੱਥੇ ਓਪਨ ਲਾਓ ਉੱਤੇ ਆਕੜੇ ਬੈਕ ਆਕੜੇ ਦੀ ਜਮ ਹੈਗੀ ਏ ਲੋ ਕਹਿੰਦਾ ਕੱਲਾ 2 ਦੇ ਇੱਥੇ ক্লোਜ਼ ਪਲੇ ਕਰੋ ਰੂਟੀਨ ਦੇ ਮੁਤਾਬਕ ਕੱਲਾ 32 ਦਾ ਆਕੜਾ ਹੈ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ ਹੈ ਕੱਲ ਦੀ ਵੀਡੀਓ ਇਨਸ਼ਾਅੱਲਾ ਆਪਣੇ ਦੋਸਤਾਂ ਨਾਲ ਮੈਂ ਪਾਕਿਸਤਾਨੀ ਬੌਂਡ ਵਾਸਤੇ ਸ਼ੇਅਰ ਕਰਾਂਗਾ ਇਹ ਸਿੰਗਲ ਆਕੜਾ ਹੈ ਭਾਈ ਮੇਰੇ 32 ਦਾ ਕਿਸੇ ਦੋਸਤ ਨਾਲ ਟੈਲੀ ਕਰੇ ਤੇ ਆਪਣੀ ਗੇਮ 'ਚ ਜ਼ਰੂਰ ਸ਼ਾਮਲ ਕਰਾ ਜੇ ਅਦਰਵਾਈਜ਼ ਤੁਸੀਂ ਇਹਨੂੰ ਇਗਨੋਰ ਕਰ ਸਕਦੇ ਹੋ ਛੋੜ ਤਾਨੂੰ ਪਸੰਦ ਨਾ ਆਵੇ ਅੱਛਾ ਨਾ ਲੱਗੇ ਤੁਸੀਂ ਇਹਨੂੰ ਛੋੜ ਸਕਦੇ ਹੋ ਮੈਂ ਰੁਟੀਨ ਦੇ ਮੁਤਾਬਕ ਇੱਕੋ ਆਕੜਾ ਨਿਕਲਿਆ ਜਿਹੜਾ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ ਹੈ ਜਿਹੜੀ ਇਸ ਤੋਂ ਬਾਅਦ ਵੀਡੀਓ థਾਈਲੈਂਡ ਲਾਟਰੀ ਦੀ ਪਰਸੋਂ ਵੀਡੀਓ ਲਾਵਾਂਗਾ ਉਹਦੇ ਵਿੱਚ ਮੈਂ ਬੈਕ ਆਕੜਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂਗਾ ਔਰ ਦੂਰ ਰੁਟੀਨ ਨਾਲ ਬੈਕ ਆਕੜਾ ਸਿੰਗਲ ਜਿਹੜਾ ਕਿ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਕਰਨਾ ਹੈ ਇਹ ਬੱਤੀ ਦਾ ਆਕੜਾ ਹੈ ਫਰਸਟ ਵੀ ਇੰਦੇ ਚਾਂਸ ਹੈਗੇ ਨੇ ਸੈਕੰਡਰੀ ਤੁਸੀਂ ਪਲੇ ਕਰ ਸਕਦੇ ਹੋ ਲੇਕਿਨ ਬੱਤੀ ਬਹੁਤ ਮਜ਼ਬੂਤ ਹੈਗਾ ਜੇ ਇੰਦਾ ਫੁੱਲ ਖਿਆਲ ਰੱਖਣਾ ਮੇਰੇ ਦੋਸਤਾਂ ਮੇਰੇ ਭਾਈਆਂ ਨੇ ਰੂਟੀਨ ਅੱਛੀ ਲੱਗੀ ਹੈ ਪਸੰਦ ਆਈਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫਾਲੋ ਕਰਨਾ ਹੈ ਤਾਂ ਕਿ ਸਾਡੇ ਨਵੀਂ ਵੀਡੀਓ ਆਵੇ ਮੇਰੇ ਦੋਸਤ ਮੇਰੇ ਭਾਈਆਂ ਤੱਕ ਜਲਦੋਂ ਜਲਦ ਪਹੁੰਚੇ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਅੱਲਾਹ ਹਾਫਿਜ਼